ਆਪਾਂ ਨੂੰ ਸਾਰਿਆਂ ਨੂੰ ਆ ਵੀ ਜਿਹੜਾ ਦਿੱਲੀ ਵਾਲਾ ਮੋਰਚਾ ਲਗਾਤਾਰ 5-6 ਮਹੀਨੇ ਹੋ ਗਏ ਆਪਾਂ ਨੂੰ ਬੈਠਿਆਂ ਨੂੰ ਹਨਾ ਤੇ ਉਹਦੀ ਵਾਪਸੀ ਦੁਆਰਾ ਅਸੀਂ ਪਿੰਡਾਂ ਦੇ ਵਿੱਚ ਆਏ ਆ ਵੀ ਯਾਰ ਹਰਿਆਣੇ ਵਾਲੇ ਆਪਾਂ ਤੋਂ ਅੱਗੇ ਲੰਘ ਗਏ ਪੰਜਾਬ ਵਾਲੇ ਪਿੱਛੇ ਹਟ ਗਏ 12-13 ਹਜ਼ਾਰ ਪਿੰਡ ਆ ਪੰਜਾਬ ਚ ਜੇ 10 ਬੰਦੇ ਵੀ ਜਾਣ ਹਫ਼ਤੇ ਬਾਅਦ ਲੱਖਾਂ ਦੀ ਗਿਣਤੀ ਮੰਨ ਲਓ ਦਿੱਲੀ ਪਹੁੰਚ ਜੂਗੀ ਪਰ ਉੱਥੇ ਗਿਣਤੀ ਹਜ਼ਾਰਾਂ ਦੇ ਕੋਈ ਹੈ ਬਾਲੇ ਪਿੰਡਾਂ 'ਚ ਸਾਨੂੰ 10 ਦਿਨ ਹੋ ਗਿਆ ਜੇ ਫਿਰਦਿਆਂ ਨੂੰ ਪਿੰਡਾਂ 'ਚ ਵੱਡੇ ਵੱਡੇ ਪਿੰਡ ਨੇ ਜਿੱਥੇ 10 ਹਜ਼ਾਰ 15 ਹਜ਼ਾਰ 20 ਹਜ਼ਾਰ ਵੋਟ ਵਾਲੇ ਵੀ ਨੇ ਉੱਥੋਂ ਬੰਦੇ ਕਿਸੇ ਪਿੰਡ 'ਚੋਂ 2 ਕਿਸੇ 4 ਕਿਸੇ 'ਚੋਂ 5 ਐਂ ਹੀ ਜਾਂਦੇ ਆ ਤੁਹਾਡੇ ਨਗਰ 'ਚੋਂ ਕਿੰਨੇ ਕੁ ਬੰਦੇ ਜਾਂਦੇ ਆ ਹੁਣ 5 ਤੇ ਆ ਗਿਆ ਜੀ ਪਹਿਲਾਂ ਸੀਗਾ ਜ਼ਰੂਰ ਜਾਵੇ ਹੁਣ ਤਾਂ 5-6 ਪਰ ਆਪਾਂ ਇਹੀ ਅਪੀਲ ਕਰਨ ਆਇਆ ਵੀ ਜਿਹੜੇ 5-6 ਬੰਦੇ ਆਪਾਂ ਕਹਿੰਦੇ ਆ ਜਾਂਦੇ ਆ ਆਪਾਂ ਜਾਂਦੇ ਆ ਰੇਲ ਗੱਡੀ ਤੇ ਹਾਂਜੀ ਰੇਲ ਗੱਡੀ ਦੀ ਬਜਾਏ ਆਪਾਂ ਪਿੰਡ ਦੇ ਵਿੱਚੋਂ ਗੱਡੀ ਕਰਾਓ ਆ ਜਿਹੜੀ ਪਿਕਅਪ ਜੀ ਹੁੰਦੀ ਆ 10 ਬੰਦੇ ਬਹਿ ਕੇ ਵਗ ਜਾਂਦੇ ਆ ਉਹ 'ਚ ਉਹਦੇ 2 ਫਾਇਦੇ ਆ ਜਿੰਨੇ ਅਸੀਂ ਹੁਣ ਪਿੰਡਾਂ 'ਚ ਗਏ ਹਾਂ ਉੱਥੇ ਪਿੰਡਾਂ ਵਾਲਿਆਂ ਨੂੰ ਅਪੀਲ ਕੀਤੀ ਹੈ ਨਾਲ ਪਿੰਡਾਂ ਦੇ ਵਿੱਚੋਂ ਜਿਹੜੇ ਬਾਹਰਲੇ ਮੁਲਕਾਂ ਨੂੰ ਗਏ ਨੇ ਮੁੰਡੇ ਉਹਨਾਂ ਨੂੰ ਅਪੀਲ ਕਰਕੇ ਆਏ ਹਾਂ ਵੀ ਯਾਰ ਤੁਸੀਂ ਭਾਈ 2-2 ਹਜ਼ਾਰ ਰੁਪਇਆ ਕੱਢਿਆ ਕਰੋ ਪਿੰਡ ਦੀ ਖਾਤਰ ਮਹੀਨੇ ਦਾ ਜੇ 20 ਬੰਦੇ ਬਾਹਰ ਗਏ ਆ 20 ਤਾਂ ਗਏ ਹੁਣ ਜ਼ਿਆਦਾ ਗਏ ਹੋਣੇ ਪਿੰਡ ਦੇ 40-50 ਹਜ਼ਾਰ ਰੁਪਇਆ ਜਿਹੜਾ ਉਹ ਪਿੰਡ ਨੂੰ ਭੇਜਿਆ ਕਰਨ ਤੇ 10-10 ਹਜ਼ਾਰ ਰੁਪਇਆ ਲੈਂਦਾ ਉਹ ਪਿਕਅਪ ਜੀ ਵਾਲਾ ਕਿਹੜੇ ਦਾ ਜੇ ਮਹੀਨੇ 4 ਵਾਰੀ ਗਈ ਤਾਂ 40-1 ਹਜ਼ਾਰ ਰੁਪਇਆ ਬਣਦਾ ਉਹਦੇ ਆਪਾਂ ਨੂੰ ਫਾਇਦੇ 2 ਆ ਬਾਈ ਇੱਕ ਤਾਂ ਆਪਾਂ ਨੂੰ ਜਾਣਾ ਆਉਣਾ ਸੌਖਾ ਮਤਲਬ ਆਪਾਂ ਜਦੋਂ ਗਏ ਘਰੋਂ ਜਾਣਾ ਪਿੰਡੋਂ ਜਾਣਾ ਪਿੰਡ ਉੱਤਰੇ ਆਉਣਾ ਇੱਕ ਆਪਾਂ ਨੂੰ ਫਾਇਦਾ ਉਹਦਾ ਇਹ ਆ ਦੂਜਾ ਵੀ ਹੁਣ ਉੱਥੇ ਬਾਈ ਲੋੜ ਆ ਦੁੱਧ ਦੀ ਤੇ ਲੱਸੀ ਦੀ ਕਿਉਂਕਿ ਆਪਣੇ ਬੰਦੇ ਉੱਥੇ ਜਿਹੜੇ ਬੈਠੇ ਆ ਘਰਾਂ 'ਚ ਆਪਾਂ ਤੁਹਾਨੂੰ ਪਤਾ ਹੀ ਆ ਯਾਰ ਬੰਦਾ ਘਰੇ ਹੁੰਦਾ ਕੋਈ ਦੁੱਧ ਲੱਸੀ ਦਹੀਂ ਮਾੜਾ ਮੋਟਾ ਖਾਂਦਾ ਪੀਂਦਾ ਰਹਿੰਦਾ ਹੁਣ ਆਪਾਂ ਉਹਨਾਂ ਦੀ ਸਿਹਤ ਦਾ ਵੀ ਖਿਆਲ ਰੱਖਣਾ ਦੁੱਧ ਦੀ ਕਿੱਲਤ ਆਈ ਵੀ ਉਹ ਮੁੰਡਾ ਜਲਾਲ ਵਾਲਾ ਵਿਚਾਰਾ 2500 ਲੀਟਰ ਦੁੱਧ ਮੁੱਲ ਲੈ ਕੇ ਮਲੇਰਕੋਟਲੇ ਤੋਂ ਬਣਦਾ ਉੱਥੇ ਇੱਕ ਦਿਨ ਛੱਡ ਕੇ ਰੁਪਿੰਦਰ ਆ ਜਿਹੜਾ ਹੁਣ ਸਾਡਾ ਫਰਜ਼ ਇਹ ਬਣਦਾ ਵੀ ਬਾਈ ਇਹੀ ਤੁਸੀਂ ਅਪੀਲ ਕਰਨਾ ਵੀ ਢੋਲ ਪਿੰਡ ਦੇ ਵਿੱਚ ਕਿਸੇ ਵੀ ਸਾਂਝੀ ਜਗ੍ਹਾ ਤੇ ਧਰ ਦਿਓ ਗੁਰਦੁਆਰੇ ਧਰ ਦਿਓ ਸੱਥ ਧਰ ਦਿਓ ਡੈਰੀ ਧਰ ਦਿਓ ਵੀ ਲੋਕ ਉਹ ਦੁੱਧ ਪਾਈ ਜਾਇਆ ਕਰਨਗੇ ਜਦੋਂ ਉਹ ਡਿਊਟੀ ਇਹ ਹੋਵੇ ਵੀ ਰੋਜ਼ ਦੀ ਰੋਜ਼ ਉਹ ਦੁੱਧ ਜਿਹੜਾ ਇਕੱਠਾ ਹੋਊਗਾ ਡੈਰੀ 'ਚ ਪਾ ਦਿਓ ਜਿੱਦੇ ਬਾਈ ਜਾਣਾ ਉਹਦੇ ਸਾਰਾ ਦੁੱਧ ਡੈਰੀ ਤੋਂ ਲੈ ਕੇ 2 ਕੁਇੰਟਲ ਬਣਦਾ 4 ਬਣਦਾ ਜਿੰਨਾ ਵੀ ਬਣਦਾ ਉਹ ਦਿੱਲੀ ਲੈ ਜਾ ਕਰੋ ਤੇ ਨਾਲ ਬਾਈ ਜਾਣ ਤੋਂ 2 ਦਿਨ ਪਹਿਲਾਂ ਨੌਜਵਾਨਾਂ ਤੁਹਾਨੂੰ ਅਪੀਲ ਕਰਦਾ ਬਾਈ ਇਕੱਠੇ ਹੋ ਕੇ ਜਿਹੜੀ ਤੁਹਾਡੀ ਕਮੇਟੀ ਬਣੀ ਹੋਈ ਆ ਪਿੰਡ 'ਚ ਲੱਸੀ ਇਕੱਠੀ ਕਰਿਆ ਕਰੋ ਪਾਣੀ ਨੂੰ ਉਤਾਰ ਲਿਆ ਕਰੋ ਪਾਣੀ ਨੂੰ ਉਤਾਰ ਲੈਂਦੇ ਆਪਾਂ ਲੱਸੀ ਮੁਸਕਦੀ ਨਹੀਂ ਉੱਥੇ ਠੰਡਾ ਪਾਣੀ ਪਾ ਕੇ ਆਪਣੇ ਬੰਦੇ ਲੱਸੀ ਪੀ ਲਿਆ ਕਰ ਹੁਣ ਆਪਾਂ ਇਸ ਲੋੜ 'ਚ ਲੱਗ ਗਏ ਬਾਈ ਮਹਿਮਾ ਆਪਣਾ ਫਰਜ਼ ਬਣਦਾ ਦੇਖੋ ਇਹ ਕੰਡਾਈ ਜਮਾਂ ਅਖੀਰ ਤੇ ਖੜੀ ਹੈ ਜੇ ਆਪਾਂ ਇੱਥੇ ਹੰਬੜਾ ਮਾਰ ਗਏ ਨਾ ਇੱਥੇ ਇਕੱਠ ਵਿਖਾ ਗਏ ਇੱਥੇ ਜ਼ੋਰ ਲਾ ਗਏ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਲਾਸ ਖਿੱਚਣ ਵਾਲੇ ਜਿਹੜਾ ਜਮਾਂ ਐਨ ਜ਼ੋਰ ਤੇ ਜਿਹੜਾ ਬੰਦਾ ਜ਼ੋਰ ਮਾਰ ਜਾਂਦਾ ਉਹ ਲੈ ਜਾਂਦਾ ਪੱਟ ਕੇ ਹੁਣ ਸਰਕਾਰ ਨਾਲ ਆਪਣਾ ਕੰਮ ਉੱਚੀ ਹੈ ਉਹੀ ਹੈ ਵੀ ਅਖੀਰ ਤੇ ਲੜਾਈ ਖੜੀ ਹੈ ਜੇ ਆਪਾਂ ਇੱਥੇ ਜ਼ੋਰ ਮਾਰ ਗਏ ਤਾਂ ਸਮਝ ਲਓ ਆਪਾਂ ਜਿੱਤੇ ਪਏ ਹੁਣ ਬਾਈ ਗੱਲ ਕਰ ਰਿਹਾ ਪੰਜ ਬੰਦੇ ਜਾਂਦੇ ਆ ਤਾਂ ਆਪਣੀ ਮਾੜੀ ਗੱਲ ਆ ਯਾਰ ਲੜਾਈ ਤਾਂ ਬਾਈ ਹਰ ਇੱਕ ਬੰਦੇ ਦੀ ਆ ਹਰ ਘਰ ਦੀ ਲੜਾਈ ਆ ਹਰ ਚੁੱਲ੍ਹੇ ਦੀ ਲੜਾਈ ਆ ਜ਼ਮੀਨਾਂ ਸਾਰਿਆਂ ਦੀਆਂ ਜਾਣੀਆਂ ਰੁਜ਼ਗਾਰ ਸਾਰਿਆਂ ਦੇ ਮਰਨੇ ਆ ਇਹ ਜੇ ਥੋੜੀ ਵੀ ਇਕੱਲੀ ਕਿਸਾਨ ਦੀ ਜ਼ਮੀਨ ਜਾਣੀ ਆ ਮਜ਼ਦੂਰ ਨੇ ਵੀ ਮਰਨਾ ਦੁਕਾਨਾਂ ਵਾਲਿਆਂ ਨੇ ਵੀ ਮਰਨਾ ਜਿਹੜੀ ਲੜਾਈ ਹਰ ਘਰ ਦੀ ਆ ਤੇ ਲੜਾਈ ਮੇਰਾ ਵੀਰ ਨੂੰ ਆਪਣੀ ਲੜਾਈ ਸਮਝ ਕੇ ਨਾ ਕਹੀ ਇਹ ਕਹੀ ਕਿ ਪਿਓ ਦਾ ਜੀ ਕੋਈ ਯੂਨੀਅਨ ਦੀ ਲੜਾਈ ਆ ਜੀ ਕਿਸੇ ਆਗੂ ਦੀ ਆ ਜੀ ਜਾਂ ਕਿਸੇ ਹੋਰ ਬੰਦੇ ਦੀ ਆ ਹਰਿਆਣੇ ਵਾਲੇ ਤਾਂ ਖੰਘਣ ਨਹੀਂ ਦਿੰਦੇ
ਹੈਲੀਕਾਪਟਰ ਜਾਂ ਉੱਤਰ ਨਹੀਂ ਸਟਾਫ ਦੇ ਉਹਦਾ ਕੱਟਰ ਦਾ ਉਹਨਾਂ ਨੇ ਪਰਚੇ ਵੀ ਪਵਾ ਲਏ ਦੋ ਘੰਟੇ ਹਾਈਵੇ ਸਾਰੇ ਜਾਮ ਕਰਦੇ ਬੰਦੇ ਵੀ ਛੁਡਾ ਲਏ ਆਪਣੇ ਨੂੰ ਪਤਾ ਨੀ ਕੀ ਹੋ ਗਿਆ ਥੱਕ ਜੇ ਗਏ ਯਾਰ ਥੱਕ ਵੀ ਗਏ ਅੱਕ ਵੀ ਗਏ ਨਿਰਾਸ਼ ਵੀ ਹੋ ਗਏ ਇਹ ਨਹੀਂ ਹੋਣਾ ਚਾਹੀਦਾ ਲੜਾਈ ਬਈ ਮੇਰੀ ਇੱਕ ਗੱਲ ਮੈਂ ਹਰ ਥਾਂ ਕਹਿੰਦਾ ਹੁੰਦਾ ਯਾਦ ਰੱਖਿਓ ਜੇ ਇਹ ਲੜਾਈ ਆਪਾਂ ਹਾਰ ਗਏ ਨਾ ਇਹ ਪੰਜਾਬ ਮੁੜ ਕੇ ਉੱਠਣਾ ਨਹੀਂ ਇਹ ਗੱਲ ਯਾਦ ਰੱਖਿਓ ਪਤਾ ਹੀ ਨਹੀਂ ਕਿਹੜੇ ਕਿਹੜੇ ਕਾਨੂੰਨ ਇੱਥੇ ਕਿਹੜੀਆਂ ਕਿਹੜੀਆਂ ਨੀਤੀਆਂ ਇਹਨਾਂ ਨੇ ਲੈ ਕੇ ਆਉਣੀਆਂ ਨੇ ਕਿਵੇਂ ਸਾਨੂੰ ਦੱਬਣਾ ਇਹਨਾਂ ਲੋਕਾਂ ਨੇ ਆਪਾਂ ਸੋਚ ਨਹੀਂ ਸਕਦੇ ਗੱਲ ਯਾਦ ਰੱਖਿਓ ਅੱਜ ਸਾਡੇ ਕੋਲ ਸਮਾਂ ਹਾਲਾਤ ਵੀ ਬਣੇ ਹੋਏ ਆ ਅੰਦੋਲਨ ਵੀ ਚੱਲ ਰਿਹਾ ਵੀ ਅੱਜ ਆਪਾਂ ਚੱਲਦੇ ਅੰਦੋਲਨ 'ਚ ਨਹੀਂ ਖੜ ਸਕਦੇ ਨਾਲ ਨਹੀਂ ਜਾ ਸਕਦੇ ਬਈ ਤੇ ਕੱਲ ਨੂੰ ਬਈ ਨਵੇਂ ਸਿਰੋਂ ਆਪਾਂ ਕਿੱਥੋਂ ਖੜਾ ਕਰ ਲਾਂਗੇ ਅੰਦੋਲਨ ਉੱਥੇ ਨੌਜਵਾਨੋ ਤੁਹਾਨੂੰ ਮੈਂ ਖਾਸ ਗੱਲ ਕਹਿਣੀ ਚਾਹੁੰਦਾ ਸੱਤਰ ਸੱਤਰ ਸਾਲ ਦੇ ਅੱਸੀ ਅੱਸੀ ਸਾਲ ਦੇ ਬਜ਼ੁਰਗ ਤਾਂ ਬੈਠੇ ਆ ਪਰ ਸਾਡੀ ਜਵਾਨੀ ਨਹੀਂ ਨਜ਼ਰ ਆਉਂਦੀ ਉਹ ਇੱਥੇ ਗੁੱਸਾ ਕੱਢੀ ਜਾਂਦੀ ਆ ਫੇਸਬੁੱਕਾਂ ਦੇ ਬੈਠੀ ਵੀ ਚੱਕ ਜਾਂਗੇ ਫੱਟੇ ਕੋਈ ਗੱਲ ਨਹੀਂ ਨਾਲ ਹੈ ਇੱਥੇ ਬਾਈ ਫੇਸਬੁੱਕਾਂ ਦੇ ਬਹਿ ਕੇ ਲੜਾਈਆਂ ਨਹੀਂ ਲੜੀਆਂ ਜਾਣੀਆਂ ਇਹਦਾ ਮੈਦਾਨ 'ਚ ਉਤਰਨਾ ਪੈਣਾ ਸੜਕਾਂ 'ਤੇ ਨਿਕਲਣਾ ਪੈਣਾ ਸਾਹਮਣੇ ਮੱਥੇ ਟੱਕਰਨਾ ਪੈਣਾ ਅੰਦੋਲਨ 'ਚ ਜਾਣਾ ਪੈਣਾ ਭਰਾਓ ਤੁਹਾਡੀ ਵੀ ਟੀਮ ਬਣੀ ਵੀ ਹੈ ਮੈਂ ਕਹਿੰਦਾ ਦਸ ਬੰਦੇ ਜਾਣ ਪਿੰਡ 'ਚੋਂ ਪੰਜ ਨੌਜਵਾਨ ਹੁਣ ਪੰਜ ਬਜ਼ੁਰਗ ਹੋਣ ਐਂ ਇੱਕ ਟੀਮ ਬਣਾਓ ਤੇ ਬਾਈ ਐਡਾ ਪਿੰਡ ਆ 3,350 ਵੋਟ ਆ ਜਿਹੜੇ ਅੱਜ ਤੁਸੀਂ ਜਾ ਕੇ ਹਫ਼ਤਾ ਲਾ ਕੇ ਆਓਗੇ ਉਹਨਾਂ ਦੀ ਵਾਰੀ ਬਾਈ ਮੁੜ ਕੇ 2 ਮਹੀਨਿਆਂ ਬਾਅਦ ਆਊ ਤੇ 2 ਮਹੀਨੇ ਬਾਈ ਚੱਲਦਾ ਨਹੀਂ ਜੇ ਆਪਾਂ ਜ਼ੋਰ ਮਾਰ ਗਏ ਨਾ ਆਹ ਜੂਨ ਦੇ ਮਹੀਨੇ 'ਚ ਮੋਰਚਾ ਫਤਿਹ ਹੋਇਆ ਲਿਓ ਇਹ ਤੁਹਾਨੂੰ ਮੈਂ ਗੱਲ ਭਰੋਸੇ ਨਾਲ ਕਹਿ ਕੇ ਜਾਂਦਾ ਦਿੱਲੀ ਪਈ ਆ ਸਰਕਾਰ ਕੋਈ ਕੁਛ ਮਰਜ਼ੀ ਕਹੀ ਜਾਵੇ ਵੀ ਉਹਦੇ ਜੀ ਗੱਲ ਕਰਨ ਨੂੰ ਤਿਆਰ ਨਹੀਂ ਉਹਦਾ ਸੁਣਨ ਨੂੰ ਤਿਆਰ ਨਹੀਂ ਇਹ ਐਵੇਂ ਲੱਗਦਾ ਹੁੰਦਾ ਅੰਦਰ ਖਾਤੇ ਬਹੁਤ ਕੁਛ ਹੋਈ ਜਾਂਦਾ ਆ ਚੋਣਾਂ ਵੀ ਹਰੇ ਨੇ ਉਹ ਕਿਸਾਨੀ ਅੰਦੋਲਨ ਦੇ ਕਰਕੇ 5 ਸੂਬਿਆਂ 'ਚ ਚੋਣਾਂ ਸੀਗੀਆਂ ਬਾਈ 3 'ਚ ਹਾਰ ਗਏ ਆਹ ਕਰੋਨੇ ਕਰਕੇ ਸਰਕਾਰ ਦੀ ਕਿੰਨੀ ਬਦਨਾਮੀ ਹੋ ਰਹੀ ਹੈ ਇਹ ਭੁੱਲ ਜਾਓ ਤੁਹਾਨੂੰ ਮੈਂ ਲਿਖ ਕੇ ਦੇ ਸਕਦਾ ਇਹ ਗੱਲ ਵੀ ਇਹ ਮੋਰਚਾ ਬਿਨਾਂ ਜਿੱਤੇ ਤੋਂ ਵਾਪਸ ਆ ਜੂਗਾ ਮੈਂ ਲਿਖ ਕੇ ਦੇ ਸਕਦਾ ਗੱਲ ਇਹ ਮੋਰਚਾ ਹਰ ਹਾਲ ਦੇ ਵਿੱਚ ਪੰਜਾਬ ਹਰਿਆਣੇ 'ਚ ਜਿੱਤ ਕੇ ਮੜੂਗਾ ਪਰ ਲੋੜ ਬਾਈ ਸਾਡੇ ਸਬਰ ਦੀ ਲੋੜ ਆ ਸਾਡੇ ਸਿਦਕ ਦੀ ਲੋੜ ਆ ਸਾਡੇ ਸਿਰ ਦੀ ਲੋੜ ਆ ਸਾਨੂੰ ਖੜਨਾ ਪੈਣਾ ਆਪਣੇ ਲੋਕਾਂ ਦੇ ਨਾਲ ਘਰੇ ਵੀ ਤਾਂ ਅਸੀਂ ਇੱਥੇ ਮੈਂ ਦੇਖਿਆ ਸੱਥਾਂ 'ਚ ਬਹਿ ਕੇ ਗੱਲਾਂ ਗੁੱਲਾਂ ਕਰ ਛੱਡਦੇ ਹਾਂ ਕੁੰਡਾਂ 'ਤੇ ਬੈਠੇ ਹੁੰਦੇ ਹਾਂ ਜਾਂ ਨੌਜਵਾਨ ਇੱਧਰ ਉੱਧਰ ਗੇੜਾ ਮਾਰੇ ਰਾਮਪੁਰੇ ਬਾਗੇ ਬਠਿੰਡੇ ਬਾਗੇ ਲੁਧਿਆਣੇ ਬਾਗੇ ਇੱਥੇ ਤੱਕ ਹੀ ਹੈ ਹੁਣ ਕੰਮ ਦੇ ਤਾਂ ਬਾਈ ਆਹ ਦਿਨ ਹੈ ਹੀ ਨਹੀਂ ਆਹ 20 ਦਿਨ ਤਾਂ ਕੋਈ ਆਪਾਂ ਨੂੰ ਕੰਮ ਨਹੀਂ ਹੈਗਾ ਬਾਹਲਾ ਜੇ ਕੰਮ ਵੀ ਹੋਊਗਾ ਫਿਰ ਵੀ ਬਾਰੀਆਂ ਬੰਨੀਆਂ ਜਾ ਸਕਦੀਆਂ ਜੇ ਮੂਹਰੇ ਆਪਣਾ 20-25 ਦਿਨਾਂ ਤੱਕ ਝੋਨੇ ਦਾ ਸਮਾਂ ਆਉਣ ਵਾਲਾ ਬਾਈ ਤਾਂ ਉਹਨਾਂ 20-25 ਦਿਨਾਂ ਦੇ ਬਾਅਦ ਆਪਾਂ ਉਦੋਂ ਬਾਰੀਆਂ ਬੰਨੀਆਂ ਜਾਣਗੀਆਂ ਵੀ ਲੈ ਭਾਈ ਹੁਣ ਅਸੀਂ ਜਾਂਦੇ ਹਾਂ ਤੁਸੀਂ ਝੋਨਾ ਲਾਓ ਫਿਰ ਉਹ ਆ ਜਾਣਗੇ ਦੂਜੇ ਵਗ ਜਾਣਗੇ ਸੋ ਬਾਈ ਇਹ ਬੇਨਤੀਆਂ ਕਰਨ ਤੁਹਾਨੂੰ ਤੁਹਾਡੇ ਨਗਰਾਂ ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਆਏ ਹਾਂ ਇਸੇ ਕਰਕੇ ਤੁਰੇ ਫਿਰਦੇ ਹਾਂ ਕਲਪਰੇ ਫਿਰਦੇ ਹਾਂ ਰੋਜ਼ ਪਿੰਡਾਂ 'ਚ ਕਿ ਉੱਠੋ ਯਾਰ ਉੱਠੋ ਹੁਣ ਸਮਾਂ ਪੰਜਾਬ ਸ਼ੁਰੂ ਪੰਜਾਬ ਕਰਦਾ ਹੈ ਐਡੀ ਵੱਡੀ ਲੜਾਈ ਸਿਖਰ 'ਤੇ ਪੰਜਾਬ ਲੈ ਕੇ ਜਾਂਦਾ ਪੂਰੀ ਦੁਨੀਆ 'ਚ ਗੱਲ ਪੰਜਾਬੀਆਂ ਦੀ ਹੁੰਦੀ ਹੈ ਹਰ ਪੱਖ ਤੋਂ 400 ਬੰਦਾ ਸਾਡਾ ਜਾਨਾਂ ਕਮਾਉਂਦਾ ਉੱਥੇ ਅਰਬਾਂ ਰੁਪਈਆ ਸਾਡਾ ਉੱਥੇ ਖਰਚ ਹੁੰਦਾ ਸਮਾਂ ਸਾਡਾ ਬਰਬਾਦ ਹੁੰਦਾ ਪਰ ਅੱਜ ਜਦੋਂ ਲੋੜ ਆ ਉਦੋਂ ਬਾਈ ਉਦੋਂ ਅਸੀਂ ਘਰਾਂ 'ਚ ਬਹਿ ਗਏ ਯਾਰ ਹਰਿਆਣਾ ਦੇਖਿਆ ਨਾ ਕਿਵੇਂ ਉੱਥੇ ਬੇਬੇ ਮਾਈਆਂ ਵੀ ਲੜ ਰਹੀਆਂ ਇੱਕ ਦੇਖਿਆ ਵੀਡੀਓ ਤੁਸੀਂ ਬੇਬੇ ਦੀ ਆਈ ਡਾਂਗ ਲੈ ਕੇ ਪੁਲਿਸ ਥਾਣੇ ਦੇ ਮਗਰ ਪੈਂਦੀ ਹੈ ਉਹਨਾਂ ਦਾ ਬੱਚਾ ਬੱਚਾ ਝੁੱਕਿਆ ਹੋਇਆ ਬੱਚਾ ਬੱਚਾ ਝੁੱਕਿਆ ਹੋਇਆ ਅੰਦੋਲਨ ਦੇ ਵਿੱਚ ਸਾਡੇ ਲੋਕ ਇੱਥੇ ਉਹ ਯਾਰ ਉਹ ਤਾਂ ਯੂਨੀਅਨ ਵਾਲਿਆਂ ਨੇ ਐਵੇਂ ਕਹਿ ਤਾ ਉਹਦਾ ਉਹਦੇ ਖਿਲਾਫ ਹੋ ਗਏ ਉਹਦਾ ਇਹਦੇ ਹੋਈ ਜਾਣੇ ਆਪਾਂ ਕੀ ਲੈਣਾ
कोई किसी के खिलाफ रवे तुम उन्होंने थोड़ी लड़ना मेरे लिए थोड़ी जाना तुम जाना अपने लिए जाना आ देख लो कणक अपनी किसी ने चक्की नहीं मसा चक्की गई है रौला रूला पिया बारदाना नहीं आया जी आ हो गया आ हो गया 70-80 हज़ार के जमीना ठेके के लिए बैठे हो आ झोने वेले देखो हाल होंदा उदो फिर किधरों जाओगे जान बुझ के हालात अपने अगे ये बना देने हैं भी आप ही कह आ लो जी 700 नहीं खेतियां होंगे 700 जमीना समझ लाने तुम 100 लो वो काम तो अपने लेना चाहते हैं ले आएंगे हालात अज भी यही हो जाते हैं कि जेडे बंदे नूं पुछ लो ही कहना भाई खेती का यार कोई लाहेबंद सौदा नहीं रहा इहदा फायदा नहीं यार बस मजबूरी है करी जाने हर बंदा बाहरले मुल्क नूं जाना चाहता पंजाब छड्डना चाहता हर बंदा भज्जना चाहता पंजाब चो खास करके जिन्नी साडी नौजवानी है सारे की सोच यह बनी हुई है भाई कनेडा जाना भाई अमरीका जाना भाई आस्ट्रेलिया न्यूजीलैंड इंग्लैंड जाना बस पंजाब रहने नहीं है ते भाई किन्ने के भाग जाएंगे कनेडा अमरीका हर का नहीं भाग जाएंगे ये जड़ा ने साडिया जड़ा है जड़ नालों टुट के कोई बंदा कोई दरख्त कोई दुनिया का यह शख्स जिंदा रह सकता मैं तो लगता नहीं दुनिया का मैं इंग्लैंड तो फोन आया पिछले साल की गल है कोई मुंडा इंग्लैंड का जंपल सीगा वो कहना भाई मेरा प्यो भी इत्थे जम्मिया तो मैं भी इंग्लैंड ही जम्मिया कहना मैं पंजाबी बहुत वधिया बोलता जी मुंडा कहना मैं ना जो इत्थे सर्च मारदा हूँ गूगल से सर्च मार के लभण की कोशिश कर रहा भी मैं कौन हाँ मेरा अतीत की है मेरा पिछोकड़ की है मेरे बड़ बड़ेरे कौन सी बंदा कि ना कि भाई अपन जड़ा तलाशदा यार खोजदा बंदा कि ना कि मगर मुड़दा पर भाई दुख है ये तो अलावा आप हम दूजिया थोड़िया जो समाजिक गल् भी करा कि थोनू की लगता मेरा सोडे को सवाल आ थोनू की लगता जेडे हालात पंजाब पहुंच गया पंजाबी पहुंच गए मैं पूरे पंजाब जाना सारे पक्षों के पंजाब मैं देखदा मैनू नहीं लगता कि पंजाब का कोई भी अंग सही सलामत होगा पंजाब के सारे अंग बिन्ने पे है जख्मी किए पे है मारिया पाया चार सपेरों पंजाब थोड़े को सवाल है भी जे पंजाब के पंजाबियों के हालात बन गए भाई वह जिम्मेवार कौन दसो भाई मन के चंगी गल आप ही है बाले पिंड मैनू कहते भाई सरकार जिम्मेवार है भाई जिम्मेवार ठीक है सरकार भी है सिस्टम भी है प्रबंध भी है पर बड़े जिम्मेवार भाई असि लोग भी हाँ जेडे हालात अज पंजाब पहुंच गया कला मोदी थोड़ी जिम्मेवार बादल भी है कैप्टन भी है रले मिले आ सारे आ 6 महीने पहला अं रौला पाते बादल के कानून तो बहुत वधिया जी बोलिया तुम वीडियो सुनी है ना हरसिमरत बीबा बोलती सी सुखबीर बोलता सी बड़े बादल बोलते सी कि जी इहदा बहुत वधिया कानून है एवं लोग रौला पाते रहे मोदी साहब ने बहुत चंगा काम किया जो लोग विरुद्ध हो गए कहते ना जी कानून तो माड़े है आ कैप्टन भी इन्हों रलिया वा आ हम पिंड फिक्री पहले लाने लग गए ताकि लोग आपस में लड़न सानू लाने दी कोशिश हो रही हूँ पिछले कैप्टन का बयान आया परसों भी पिंडा ठीकरी पहले लाने लगो बाहरला बंदा पिंड च बड़े कारण की भी जिहड़े बंदे कोई धरने जाते दिल्ली या पंजाब च वो आपस में लड़न एक दूजे भी तुम करोना ले आए उतो करोना करोना भी एडी गल है नहीं हवा वाला डर बड़ा बिठाता लोगों एक टैलीविजन देखना छड़ दो खबर दिखाई जाते हैं आ लाशा मची जा जी आ रुड़ी जा जी इन्ने मर गए जी इन्ने मर गए जी वो बंदा है नहीं जाता घरे बैठा भी है एक परिवार के पांच पांच बंदे मर गए
ਬੰਦਾ ਹੈਮ ਕੇ ਵਾਲਾ ਮਰਦਾ ਡਰ ਕੇ ਡਰ ਚ ਬੰਦਾ ਵਾਲਾ ਮਰ ਜਾਂਦਾ ਉਹ ਸੱਪ ਦਾ ਲੜਿਆ ਹਲੇ ਸੱਪ ਲੜਿਆ ਹੋਵੇ ਜ਼ਹਿਰ ਸੱਪ ਚ ਹੋਵੇ ਨਾ ਹੋਵੇ ਪਰ ਸੱਪ ਦੇ ਡੰਗ ਦੇ ਡਰ ਨਾਲ ਬੰਦਾ ਪਹਿਲਾਂ ਮਰ ਜਾਂਦਾ ਵੀ ਉਹ ਸੱਪ ਲੜ ਗਿਆ ਤਾਂ ਇਹ ਕਰੋਨਾ ਵੀ ਹੁਣ ਇਸ ਤਰ੍ਹਾਂ ਦਾ ਇੱਕ ਧੰਦਾ ਹੁੰਦਾ ਬਾਈ ਧੰਦਾ ਜਦੋਂ ਕਰਨਾ ਨਾ ਪੂੰਜੀਪਤੀ ਲੋਕਾਂ ਨੇ ਸਰਕਾਰਾਂ ਨੇ ਸਾਨੂੰ ਜਿਹੜੇ ਲੁੱਟਣ ਵਾਲੇ ਲੋਕ ਨੇ ਲਟੇਰੇ ਉਹਨਾਂ ਦਾ ਧੰਦਾ ਖੜਾ ਹੁੰਦਾ ਡਰ ਦੇ ਸਿਰ ਤੇ ਸਕੂਲ ਚ ਵਗ ਜਾਓ ਸਕੂਲਾਂ ਵਾਲੇ ਕਹਿਣਗੇ ਜੀ ਤੁਹਾਡਾ ਜਵਾਬ ਜੇ ਇੱਥੇ ਲਾਓਗੇ ਤਾਂ ਠੀਕ ਆ ਜੇ ਕਿਤੇ ਉੱਥੇ ਲਾਤਾ ਨਾ ਉੱਥੇ ਲੋਫਰ ਹੋ ਜੂਗਾ ਵਿਗੜ ਜੂਗਾ ਇਹ ਪੜ੍ਹਨਾ ਨਹੀਂ ਆਪਾਂ ਨੂੰ ਐਂ ਹੁੰਦਾ ਇੱਥੇ ਕੋਈ ਗੱਲ ਨਹੀਂ ਯਾਰ ਚਾਹੇ 50,000 ਲੱਗ ਜੇ ਚਾਹੇ 1,00,000 ਲੱਗ ਜੇ ਜਵਾਕ ਇੱਥੇ ਪੜ੍ਹਾਵਾਂਗੇ ਉੱਥੇ ਕਿਹੜਾ ਜਵਾਕ ਤੁਹਾਡਾ ਡਿਸੀਜ਼ਨ ਬਣ ਕੇ ਨਿਕਲਦਾ ਡਰ ਬਣਾ ਦਿੱਤਾ ਜਾਂਦਾ ਮਨ 'ਚ ਇਹੀ ਡਰ ਬਾਈ ਸਾਧ ਪੈਦਾ ਕਰ ਰਹੇ ਆ ਬਾਬੇ ਅੱਜ ਕੱਲ੍ਹ ਡੇਰਿਆਂ ਵਾਲੇ ਕੱਲ੍ਹ ਮੈਂ ਬੁੱਗਰੀ ਬੋਲਾਂ ਉੱਥੇ ਪੰਗਾ ਹੀ ਪਾ ਲਿਆ ਸੀ ਮੈਂ ਦੋ ਬਾਬੇ ਬੈਠੇ ਸੀ ਮੁਹਰੇ ਉਹ ਕਹਿੰਦੇ ਸਾਨੂੰ ਕਹਿਣਾ ਮੈਂ ਬਾਬਾ ਮੈਂ ਤੁਹਾਨੂੰ ਨਹੀਂ ਕਹਿਣਾ ਮੈਂ ਸਾਰੇ ਡੇਰਾਵਾਦ ਨੂੰ ਕਹਿਣਾ ਕਿ ਡੇਰਾਵਾਦ ਬਾਬਾਬਾਦ ਸਾਡੀਆਂ ਜੜ੍ਹਾਂ 'ਚ ਕਿਵੇਂ ਬਹਿ ਗਿਆ ਇਹੀ ਕੰਮ ਹਸਪਤਾਲਾਂ ਦਾ ਮੇਰੇ ਫੁੱਫੜ ਦੀ ਕੱਲ੍ਹ ਮੌਤ ਹੋਈ ਹੈ 15 ਦਿਨ ਦੇਸ਼ ਦਾਹਰ ਰਿਹਾ 3,400-3,500 ਦਾ ਟੀਕਾ ਹੈ ਸਾਨੂੰ ਇੱਕ ਦਿਨ ਮਿਲਿਆ 2,500 ਦਾ ਦੂਜੇ ਦਿਨ 60,000 ਦਾ ਤੀਜੇ ਦਿਨ ਉਹੀ ਟੀਕਾ ਲੁਧਿਆਣਾ ਮਿਲਿਆ 98,000 ਦਾ ਉਹ ਟੀਕਾ 2,2,00,000 ਦਾ ਵੀ ਵਿਕਿਆ ਵਪਾਰ ਡਰ ਤੇ ਖੜਾ ਡਾਕਟਰ ਕੋਲ ਜਾਓ ਉਹਦੀ ਕਹਿਣ ਦਾ ਤੂੰ ਤਾਂ 15 ਟਾਈਮ ਨਾਲ ਪਹੁੰਚ ਗਿਆ ਨਹੀਂ ਤਾਂ ਗਿਆ ਸੀ ਅਗਲਾ ਕਹਿੰਦਾ ਜੀ ਮੇਰੇ ਚਾਹੇ 1-2 ਕਿੱਲੇ ਵੇਖੀ ਜਾਣ ਮੈਨੂੰ ਬਚਾ ਲਓ ਉੱਥੇ ਫਿਰ ਸਾਡੀ ਲੁੱਟ ਸ਼ੁਰੂ ਹੋ ਜਾਂਦੀ ਸੋ ਬਾਈ ਇਹ ਇੱਕ ਗੱਲ ਦਿਮਾਗ ਦੇ ਵਿੱਚ ਬਿਠਾ ਲਓ ਅੱਜ ਚਿੰਤਨ ਕਰਨ ਦਾ ਵਿਸ਼ਾ ਹੈ ਅੱਜ ਚਿੰਤਾ ਕਰਨ ਦੀ ਲੋੜ ਹੈ ਆ ਸਾਨੂੰ ਇਕੱਠੇ ਹੋ ਕੇ ਵਿਚਾਰਾਂ ਕਰਨ ਦੀ ਲੋੜ ਹੈ ਵੀ ਪੰਜਾਬ ਬਚੂਗਾ ਕਿਵੇਂ ਸਾਡੀਆਂ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਇੱਥੇ ਕਿਵੇਂ ਰਹਿਣਗੀਆਂ ਕਿਵੇਂ ਸੁਖੀ ਰਹਿਣਗੀਆਂ ਕਿਹੋ ਜਿਹਾ ਪੰਜਾਬ ਅਸੀਂ ਛੱਡ ਕੇ ਜਾਣਾ ਸਰਕਾਰਾਂ ਬਦਲਣਾ ਹੱਲ ਨਹੀਂ ਹੋਣੇ ਬਾਈ ਬਦਲ ਲਿਓ ਬਾਦਲ ਵੀ ਦੇਖ ਲਏ ਕੈਪਟਨ ਵੀ ਦੇਖ ਲਏ ਕੋਈ ਹੋਰ ਦੇਖ ਲਿਓ ਤੁਸੀਂ ਮੇਰੀ ਵੀਡੀਓ ਦੇਖੀ ਹੋਣੀ ਆ ਪਰਸੋਂ ਜਾਂ ਉੱਥੇ ਕਿਸੇ ਬੰਦੇ ਨੇ ਸੜਕ ਤੇ ਖੜੀਆਂ ਸੱਟ ਟਾਲੀਆਂ ਪੱਟਦੀਆਂ ਉਹ ਤਾਂ ਬਾਈ ਸਰਕਾਰ ਨਹੀਂ ਕਹਿੰਦੀ ਅਸੀਂ ਉਹ ਕਿਹੜਾ ਅਫਸਰ ਹੈ ਡੀਸੀ ਤੋਂ ਲੈ ਕੇ ਜੰਗਲਾਤ ਮੰਤਰੀ ਤੱਕ ਅਸੀਂ ਪਹੁੰਚ ਨਹੀਂ ਕੀਤੀ ਹਫ਼ਤਾ ਕੋਈ ਸੁਣਵਾਈ ਨਹੀਂ ਹੋਈ ਬਾਈ ਅੱਜ ਕੱਲ੍ਹ ਕਿਸੇ ਨੇ ਇੱਕ ਵੀਡੀਓ ਜੀ ਫੋਟੋ ਪਾਈ ਆਹ ਤੌਂਤੇ ਜਿਹੜਾ ਆਇਆ ਸੀਗਾ ਤੂਫਾਨ ਜਿਹਾ ਕਹਿੰਦੇ ਬਾਈ ਜਿਹੜੀ ਗੰਦਗੀ ਅਸੀਂ ਸਮੁੰਦਰ ਸਿੱਟਦੇ ਹਾਂ ਦੇਖੋ ਸਮੁੰਦਰ ਨੇ ਕਿਵੇਂ ਬਾਹਰ ਧੱਕਤੀ ਉਹ ਸਾਰਾ ਜਿੰਨਾ ਗੰਦ ਮਾਂ ਦੀ ਸਮੁੰਦਰ ਨੇ ਕੱਢ ਕੇ ਬਾਹਰ ਮਾਰਿਆ ਕੁਦਰਤ ਬਾਈ ਮੋੜਵਾਂ ਜਵਾਬ ਦਿਓ ਦਿਓ ਜਦੋਂ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਹਾਂ ਬਾਂਹ ਖੜੀ ਕਰੋ ਗੱਲਾਂ ਵਾਲਿਓ ਜਿਹੜਾ ਬੰਦਾ ਕਹਿੰਦਾ ਹਾਂ ਬਾਈ ਮੈਂ 10 ਰੁੱਖ ਲਾਏ ਆ ਹਰ ਸਾਲ ਲਾਉਣਾ ਮੇਰੀ ਮੋਟਰ ਤੇ ਖੜੇ ਆ ਬਾਈ 10 ਰੁੱਖ ਮੈਂ ਨਹੀਂ ਬਾਈ ਮਚਾਉਂਦਾ ਦੱਸ ਦਿਓ ਬਾਈ ਧੰਨਵਾਦ ਆ ਤੁਹਾਡੇ ਪਿੰਡ ਚ 2 ਮਿਲੇ 4 ਮਿਲੇ ਆ ਨਹੀਂ ਤਾਂ ਕਿਸੇ ਪਿੰਡ ਚ ਬਾਈ ਕੋਈ ਬਾਂਹ ਨੀ ਖੜਾ ਕਰਦਾ ਜੇ ਦੂਜੇ ਲੋਕ ਪੁੱਛੂਗਾ ਨਾ ਵੀ ਬਾਈ ਕੱਟਣ ਵਾਲੇ ਕਿੰਨੇ ਕਾ ਫਿਰ ਸਾਰੇ ਕਰ ਲੈਂਦੇ ਆ ਵੀ ਬਾਈ 2-4 ਦਾ ਕੱਟ ਵੱਢ ਹੀ ਦਿੰਦੇ ਮਚਾ ਹੀ ਦਿੰਦੇ ਆ ਇਸ ਸਾਲ ਹਾਹਾਕਾਰ ਮੱਚੀ ਆ ਨਾ ਵੀ ਆਕਸੀਜਨ ਮੁੱਕ ਗਈ ਹੋਈ ਉਹ ਬਾਈ ਸਾਹਾਂ ਦੀ ਕੀਮਤ ਉਹ ਬੰਦੇ ਨੂੰ ਪੁੱਛੋ ਜਿਹੜਾ ਸਾਹ ਮੁੱਲ ਲੈਂਦਾ ਹੁੰਦਾ ਉੱਥੇ ਵੈਂਟੀਲੇਟਰ ਤੇ ਪਿਆ ਕਿ ਆਕਸੀਜਨ ਸਾਹਾਂ ਦੀ ਕੀਮਤ ਕੀ ਆ ਆਹ ਸਾਨੂੰ ਕੁਦਰਤਾ ਕਾਦਰ ਲੱਖਾਂ ਕਰੋੜਾਂ ਸਾਹ ਮੁਫ਼ਤ ਦਿੰਦਾ ਪਰ ਅਸੀਂ ਉਹ ਕੁਦਰਤ ਦਾ ਕਦੇ ਸ਼ੁਕਰੀਆ ਅਦਾ ਕਰਨਾ ਹੀ ਦੂਰ ਦੀ ਗੱਲ ਹੈ ਉਹਨੂੰ ਅਸੀਂ ਖਤਮ ਕਰੀ ਜਾਂਦੇ ਹਾਂ ਆਹ ਗਰਮੀ ਆ ਗਈ ਕੋਈ ਰੁੱਖ ਖੜਾ ਹੋਊਗਾ ਭੱਜ ਕੇ ਜਾਵਾਂਗੇ ਚਲੋ ਗਰਮੀ ਬਹੁਤ ਛਾਵੇਂ ਚੱਲਦੇ ਹਾਂ ਗੱਡੀ ਵੀ ਉੱਥੇ ਖੜਾਵਾਂਗੇ ਤਪ ਨਾ ਜਾਵੇ ਪਰ ਲਾਉਣ ਵੇਲੇ ਉਹਨੂੰ ਸਾਂਭਣ ਵੇਲੇ ਪਾਲਣ ਵੇਲੇ ਸਾਡਾ ਬਾਈ ਕੋਈ ਧਿਆਨ ਨਹੀਂ ਇਹ ਜ਼ਿੰਮੇਵਾਰੀ ਬਾਈ ਕਿਹਦੀ ਹੈ ਸਰਕਾਰ ਦੀ ਪ੍ਰਬੰਧਕਾਂ ਦੀ ਸਿਸਟਮ ਦੀ ਨਹੀਂ ਬਾਈ ਸਾਡੀ ਜ਼ਿੰਮੇਵਾਰੀ ਹਰ ਬੰਦੇ ਦੀ ਜ਼ਿੰਮੇਵਾਰੀ ਹੈ ਬਾਈ ਇਹ ਪੰਜਾਬ ਤਾਂ ਬਚੂਗਾ ਯਾਦ ਰੱਖਿਓ ਜੇ ਘਰਾਂ ਤੋਂ ਸ਼ੁਰੂਆਤ ਕਰੋਗੇ
अपने आप तो शुरुआत करोगे, सोचोगे नहीं यार ये पंजाब नूं मैं बचाउणा, मेरी की देना, मैं की कर सकदा। पर साडे तां हालात भाई बेड़े जे होए पए, और भाई गलबात सुनाओ यार मुंडो, मैं थोड़े नाल मैं ही बोली जाना यार। थोड़ी की सोच है नौजवान बैठे हो, थोड़ी की सोच है, तुम की सोचते हो भी एक किमें किमें बदलाव आऊगा। कल मैनू करैर वाले पिंड बहुत सोहना एक, सब तो पहले भाई मैं सत्तर साल का बुरा बहुत वधिया गल, ले भी बापू के नाम से ताली लाओ। मैं दिल्ली आप तैयार कर लेने बंदे दिल्ली जाने वाले, कल मैनू करैर वाले पिंड एक बाई पटवारी सीगा, वो कहना भाई मसले का सब नू पता, बीमारी का सब नू पता, और इलाज कोई नहीं दसदा, ये तो सब नू पता कि हालात खराब है, पर हालात नू बदलिया किमें जाए, बीमारी का इलाज किमें किया जाए, यह दसिया जाए। दसो भी जवानों बीमारी का इलाज किमें हो सकता, आपां थोड़े पिंड दे इतिहास की गल की है, मेरे नाल बापू बैठा है, ये बापू नू मेरे पिंड दे इतिहास बारे, फूल बारे, गिल्लां बारे, सारे पिंडां बारे पता है कि किहड़ा पिंड किहड़े सन च बजिया, किहने मोड़ी गड्डी, किहड़े गुरु इत्थे आए, किहड़ी जंग होई, सारा पता ना, ते नौजवानां नू पता नहीं है।